ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਦੋਸਤੋ ਅੱਜ ਬੜਾ ਮਹੱਤਵਪੂਰਨ ਦਿਨ ਸੀਗਾ ਦੇਸ਼ ਦੇ ਅੰਦਰ ਜਿਹੜੇ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਸੀ ਮੋਦੀ ਸਰਕਾਰ ਦਿਨ ਕਾਲਿਕ ਨੂੰ ਸੋ ਉਹਨਾਂ तमाम ਕਾਨੂੰਨਾਂ ਤੇ ਜਿਹੜੀਆਂ ਅਟਕਲਾਂ ਤੇ ਉਹਨਾਂ ਦਾ ਭੋਗ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਾ ਦਿੱਤਾ ਗਿਆ ਲੋਕਾਂ ਦੀ ਚਰਚਾ ਸੀ ਪਿਛਲੇ ਦਿਨੀ ਕੀ ਹੋਏਗਾ ਕੇਂਦਰ ਸਰਕਾਰ ਦਾ ਦਬਾਅ ਹੋਏਗਾ ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਸੱਦੇਗੀ ਕਿ ਨਹੀਂ ਸੱਦੇਗੀ ਲੇਕਿਨ ਤਮਾਮ اٹਕਲਾ ਤੋਂ ਬਾਅਦ ਅੱਜ ਪੰਜਾਬ ਦੀ ਵਿਧਾਨ ਸਭਾ ਪੂਰਾ ਦਿਨ ਚਰਚਾ ਰਹੀ ਔਰ ਇਹੇ ਚਰਚਾ ਤੋਂ ਬਾਅਦ ਇਹਨਾਂ ਤਮਾਮ ਬਿੱਲਾਂ ਦੀ ਸਭ ਨੇ ਹਮਾਇਤ ਕੀਤੀ ਤੇ ਸਰਬਸੰਪਤੀ ਨਾਲ ਪਾਰਿਤ ਕਰਕੇ ਕਿਸਾਨਾਂ ਦੀ ਜੋ ਮੰਗ ਸੀਗੀ ਔਰ ਜੋ ਪੰਜਾਬ ਸਰਕਾਰ ਦਾ ਫਰਜ ਬੰਦਾ ਸੀ ਉਹ ਅਸੀਂ ਪੂਰਾ ਕੀਤਾ ਸੋ ਦੋਸਤੋ ਇਹ ਇਹ ਜਿਹੜੇ ਕਾਨੂੰਨ ਹੈ ਕਾਨੂੰਨ ਬਣਾਏ ਗਏ ਇਸ ਦੇ ਪਿੱਛੇ ਬਹੁਤ ਵੱਡੀ ਰਾਜਨੀਤੀ ਹੈ ਤੁਹਾਨੂੰ ਸਮਝਣੀ ਦੀ ਲੋੜ ਹੈ ਕੇਵਲ ਐਮਐਸਪੀ ਖਤਮ ਨਹੀਂ ਕਰਨਾ ਚਾਹੁੰਦੇ ਜਾਂ ਐਮਐਸਪੀ ਘਾਟੇ ਵਾਲਾ ਸੌਦਾ ਇਸ ਕਰਕੇ ਖਤਮ ਨਹੀਂ ਕਰਨਾ ਚਾਹੁੰਦੇ ਘਾਟੇ ਵਾਲੇ ਤਾਂ ਸੌਦੇ ਇਸ ਦੇਸ਼ ਦੇ ਅੰਦਰ ਕਈ ਨੇ ਰੇਲਵੇ ਘਾਟੇ ਵਾਲਾ ਸੌਦਾ ਹੈ 에ਅਰਲਾਈਨਸ ਵੀ ਘਾਟੇ ਵਾਲਾ ਸੌਦਾ ਹੈ ਫੌਜ ਤੇ ਸਾਡਾ ਬਹੁਤ ਖਰਚਾ ਹੁੰਦਾ ਹੈ ਲੇਕਿਨ ਉਹ ਚੀਜ਼ਾਂ ਖਤਮ ਨਹੀਂ ਕੀਤੀਆਂ ਜਾ ਸਕਦੀਆਂ ਐਵੇਂ ਹੀ MSP ਵੀ ਖਤਮ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਰਕਾਰਾਂ ਕਦੇ ਨਹੀਂ ਦਿਖਦੀਆਂ ਵੀ ਕਾਟੇ ਵਾਲੇ ਸੌਦੇ ਐ ਇਹ ਤਾਂ ਵਪਾਰੀਆਂ ਦਾ ਕੰਮ ਹੁੰਦਾ ਜਾਂ ਮੁਨਾਫੇ ਵਾਲਾ ਸੌਦਾ ਹੈ ਸੋ ਦੋਸਤੋ ਦੁਸ਼ਮਣ ਬੜਾ ਚਲਾਕ ਹੈ ਗੁਜਰਾਤੀ ਹੈ ਵਪਾਰੀ ਹੈ ਉਸਨੇ ਬੜੀ ਚਾਲ ਚੱਲੀ ਹੈ ਕਿਉਂਕਿ ਪੰਜਾਬ ਕਿਸਾਨੀ ਦੇ ਨਾਲ ਨਾ ਜਾਣਿਆ ਜਾਂਦਾ ਨਾ ਤਾਂ ਇੱਥੇ ਲੋਹਾ ਹੁੰਦਾ ਨਿਕਲਦਾ ਇਸ ਧਰਤੀ 'ਚੋਂ ਨਾ ਇਸ ਧਰਤੀ ਚੋਂ ਸੋਨਾ ਨਿਕਲਦਾ ਹੈ ਨਾ ਇਸ ਧਰਤੀ ਚੋਂ ਪੱਥਰ ਨਿਕਲਦਾ ਹੈ ਆਡਾ ਸੂਬਿਆਂ ਦੀ ਧਰਤੀ ਚੋਂ ਆਡਾ ਚੀਜ਼ਾਂ मिनरल्स ਹੋਰ ਨਿਕਲਦੇ ਨੇ ਇਹ ਖੇਤੀ ਦੇ ਨਾਂ ਨਾਲ ਤੇ ਬਹਾਦਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪੰਜਾਬ ਸੂਬਾ ਪੰਜਾਬ ਦੇ ਬਹਾਦਰ ਲੋਗ ਤੇ ਪੰਜਾਬ ਦੀ ਖੇਤ ਆਰਥੋਨਮੇ ਦੱਸਣਾ ਚਾਹਣਾ 1966 ਸਟਾਰਟ ਜਿਹਨੂੰ ਅਕਾਲ ਪਏ ਜਦੋਂ ਭੁੱਖਮਾਰੀ ਇਸ ਦੇਸ਼ ਦੇ ਅੰਦਰ ਹੋਈ ਉਦੋਂ 3-4 ਸਾਲਾਂ ਦੇ ਅੰਦਰ ਅੰਦਰ ਹੀ 1964 ਦੇ ਵਿੱਚ ਭੁੱਖਮਰੀ ਹੋਈ 1966-67 ਵਿੱਚ ਹੀ ਕਾਂਗਰਸ ਪਾਰਟੀ ਦਾ ਰਾਜ ਸੀ ਤੇ ਕਾਂਗਰਸ ਪਾਰਟੀ ਨੇ ਕਣਕ ਤੇ ਐਮਐਸਪੀ ਦਿੱਤਾ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਕਣਕ ਤੇ ਐਮਐਸਪੀ ਦਿੱਤਾ 1964 ਤੇ 67 ਦੇ ਵਿੱਚ ਤੇ ਲੋਕਾਂ ਨੇ ਫਸਲਾਂ ਵੀ ਜੀਆਂ ਮਿਹਨਤ ਕੀਤੀ ਪੰਜਾਬੀ ਬਹੁਤ ਮਿਹਨਤੀ ਹੈ ਤੇ ਪੰਜਾਬ ਨੇ ਤਿੰਨ ਚਾਰ ਸਾਲਾਂ ਵਿੱਚ ਇਸ ਦੇਸ਼ ਦੇ ਹਰ ਵਿਅਕਤੀ ਦਾ ਢਿੱਡ ਭਰਨ ਦਾ ਕੰਮ ਕੀਤਾ ਆਤਮ ਨਿਰਭਰ ਕਰਤਾ ਯਾਨੀ ਕਿ ਐਨੀ ਫਸਲ ਦਿੱਤੀ ਇਨਾ ਅਨਾਜ ਪੈਦਾ ਕੀਤਾ ਕਿ ਦੇਸ਼ ਤਿੰਨ ਚਾਰ ਸਾਲਾਂ ਦੇ ਵਿੱਚ ਉਹਨੂੰ ਬਾਹਰੋਂ ਕੋਈ ਅਨਾਜ ਮੰਗੌਣ ਦੀ ਲੋੜ ਨਹੀਂ ਪਈ ਉਹ ਪੰਜਾਬ ਤੋਂ ਅਨਾਜ ਲੈ ਕੇ ਬਾਕੀ ਰਾਜਾਂ ਦਾ ਬਾਕੀ ਸੂਬਿਆਂ ਦਾ ਢਿੱਡ ਭਰਦਾ ਤੋ ਅੱਜ ਉਸ ਕਿਸਾਨ ਨਾਲ ਧੋਖਾ ਕੀਤਾ ਜਾ ਰਿਹਾ ਹੈ ਔਰ ਇੰਨੀ ਕੀ ਅਮਰਜੈਂਸੀ ਸੀ ਕਿ ਜਿਹੜਾ ਇਹ 5 ਜੂਨ ਨੂੰ ਬਿੱਲ ਲੈ ਕੇ ਆਏ ਇਹਦੇ ਪਿੱਛੇ ਕਈ ਹੋਰ ਰਾਜ ਨੇ ਮੇਰੇ ਸਤਕਾਰਯੋ ਪਰ ਆਓ ਔਰ ਉਹਨਾਂ ਸਾਥੀਆਂ ਨੇ ਵੀ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਤੁਸੀਂ ਸਭ ਵੀਡੀਓ ਦੇਖੀਏ ਸਭ ਜਾਣਦੇ ਹਾਂ ਕਿੰਨਾ ਲੋਕਾਂ ਨੇ ਇਹਦਾ ਸਮਰਥਨ ਕੀਤਾ ਕਿੰਨਾ ਲੋਕਾਂ ਨੇ ਆਰਡੀਨਸ ਤੇ ਸਾਈਨ ਕੀਤੇ ਕਿੰਨਾ ਲੋਕਾਂ ਨੇ ਪਿੰਡਾਂ ਦੇ ਵਿੱਚ ਪੋਸਟਰ ਲਾਏ ਕਿ ਇਹ ਕਾਨੂੰਨ ਬਿਲਕੁਲ ਠੀਕ ਕਾਨੂੰਨ ਬਣਿਆ ਹੈ ਕਿੰਨਾ ਲੋਕਾਂ ਨੇ ਪ੍ਰੈਸ ਕਾਨਫਰेंसेस ਕਰਕੇ ਕਿਹਾ ਕਿ ਇਹ ਕਾਨੂੰਨ ਬਿਲਕੁਲ ਠੀਕ ਹੈ ਅਸੀਂ ਵਿਚਾਰਿਆ ਔਰ ਜਦੋਂ ਇਹ ਅੱਗ ਭਾਮੜ ਮੱਚ ਗਿਆ ਉਦੋਂ ਫਿਰ ਸਿਫੇ ਵੀ ਦੇ ਦਿੱਤੇ ਗਏ ਰਿਸ਼ਤੇ ਵੀ ਤੋੜ ਦਿੱਤੇ ਗਏ ਪਰ ਇਹ ਦਿਲੋਂ ਰਿਸ਼ਤੇ ਨਹੀਂ ਤੋੜੇ ਗਏ ਕੀ ਕਿਸਾਨ ਭਰਾਵਾਂ ਤੋਂ ਡਰਦਿਆਂ ਨੇ ਰਿਸ਼ਤੇ ਤੋੜੇ ਸੋ ਦੋਸਤੋ ਇੱਕ ਮੇਰੀ ਮੰਗ ਵੀ ਸੀ ਤੁਹਾਨੂੰ ਯਾਦ ਹੋਣਾ ਮੈਂ ਇਹ ਗੱਲ ਕਹੀ ਸੀ ਕਿ ਐਮ ਐਸ ਪੀ ਤੋਂ ਘੱਟ ਰੇਟ 'ਤੇ ਖਰੀਦਣ ਵਾਲੇ ਨੂੰ ਜਾਂ ਐਮ ਐਸ ਪੀ ਸਮਰਥਨ ਮੁੱਲ ਤੋਂ ਜਿਹੜਾ ਘੱਟ ਫਸਲ ਖਰੀਦੇਗਾ ਘੱਟ ਰੇਟ ਦੇਗਾ ਉਹਨੂੰ 5 ਸਾਲ ਦੀ ਸਜ਼ਾ ਹੋ ਜਾਣੀ ਚਾਹੀਦੀ ਹੈ ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ तमाम ਮੰਤਰੀ ਸਹਿਬਾਨਾਂ ਦਾ ਜਿਨ੍ਹਾਂ ਨੇ ਕੀ ਇਹ ਗੱਲ ਨੂੰ ਮੰਨਿਆ ਔਰ ਅੱਜ ਜਿਹੜਾ ਐਮਐਸਪੀ ਤੋਂ ਘੱਟ ਖਰੀਦੇਗਾ ਰੇਟ ਤੇ ਫਸਲ ਕੋਈ ਵਪਾਰੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਉਹਨੂੰ 3 ਸਾਲ ਦੀ ਸਜ਼ਾ ਤੇ ਨਾਲ ਜੁਰਮਾਨਾ ਹੋਏਗਾ ਸੁਇਸ ਕਲ ਦੀ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਜਿਹੜੀ ਮੰਗ ਸੀ ਉਹ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮੰਨੀ ਹੈ ਮੈਂ ਉਹਨਾਂ ਦਾ ਧੰਨਵਾਦੀ ਹਾਂ ਔਰ ਦੋਸਤੋ ਜਦੋਂ-ਜਦੋਂ ਕਿਸਾਨੀ ਦੀ ਗੱਲ ਹੋਈ ਚਾਹੇ ਕੈਪਟਨ ਮਨਮੋਹਨ ਸਿੰਘ ਜੀ ਦੇ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਵੇਲੇ 80000 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਚਾਹੇ ਇਸ ਸਰਕਾਰ ਨੇ ਸਾਰਾ ਤਾਂ ਨਹੀਂ ਕਰ ਸਕੇ ਪਰ ਜਿੰਨੇ ਵੀ ਲੋਕਾਂ ਦਾ ਕਰਜ਼ਾ ਮਾਫ ਹੋਇਆ ਜਦੋਂ ਜਦੋਂ ਕਿਸਾਨ ਦੀ ਗੱਲ ਕੀਤੀ ਉਦੋਂ ਉਦੋਂ ਕਾਂਗਰਸ ਪਾਰਟੀ ਨੇ ਕੀਤੀ ਕਾਂਗਰਸ ਪਾਰਟੀ ਦੇਖਿਆ ਚਾਹੇ ਉਹ ਪਾਣੀਆਂ ਦਾ ਮੁੱਦਾ ਸੀ ਚਾਹੇ ਅੱਜ ਕਿਸਾਨੀ ਦਾ ਮੁੱਦਾ ਇਸ ਆਰਡੀਨੈਂਸ ਨੂੰ ਕੈਨਸਲ ਕਰਨ ਦਾ ਮੁੱਦਾ ਜੋ ਵੀ ਮੇਰੇ ਖਿਆਲ ਕੰਮ ਕੀਤੇ ਕਿਸਾਨ ਪੱਖੀ ਉਹ ਕਾਂਗਰਸ ਪਾਰਟੀ ਨੇ ਕੀਤੇ ਸੋ ਮੈਨੂੰ ਬੂਰੇਨ ਉਮੀਦ ਹੈ ਕਿ ਇਹ ਲੜਾਈ ਦੀ ਸ਼ੁਰੂਆਤ ਬਿਹਤਰੀਨ ਤਰੀਕੇ ਨਾਲ ਹੋਈ ਹੈ ਅਰਾਜ ਮੈਂ ਪੰਜਾਬ ਦੇ ਉਹਨਾਂ ਕਿਸਾਨਾਂ ਨੂੰ ਸਲਾਮ ਕਰਦਾ ਹਾਂ ਉਹਨਾਂ ਮਾਵਾਂ ਨੂੰ ਸਲਾਮ ਕਰਦਾ ਹਾਂ ਉਹਨਾਂ ਪੈਣਾ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਪਿਛਲੇ ਕਈ ਦਿਨਾਂ ਤੋਂ ਰੇਲ ਦੀਆਂ ਪਟੜੀਆਂ ਤੇ ਰਿਲਾਇੰਸ ਦੇ ਪੰਪਾਂ ਤੇ ਵਕ ਵਕ ਜੁਲੀਆਂ ਚ ਵਕ ਵਕ ਸ਼ਹਿਰਾਂ ਦੇ ਵਿੱਚ ਧਰਨੇ ਲਾ ਕੇ ਸਾਰਾ ਦਿਨ ਰਾਤ ਉੱਥੇ ਬੈਠੇ ਮੈਂ ਸਲਾਮ ਕਰਦਾ ਹਾਂ ਉਹਨਾਂ ਨੂੰ ਅਸੀਂ ਕਿਸਾਨ ਹੈ ਪਰ ਅਸੀਂ ਤਾਂ ਮਾਡਰਨ ਕਿਸਾਨ ਹੈ ਕਿਸਾਨ ਅਸਲ ਜੋ ਹੈ ਜਿਨ੍ਹਾਂ ਨੇ ਰਾਤਾਂ ਪੂਲ ਪਲਾਜ਼ਾ ਤੇ ਗੇਜ਼ਾਰੀਆਂ ਸੋ ਟਟੇ ਰਹੋ ਮੇਰੇ ਸਤਕਾਰਯੋ ਭਰਾਓ ਅਸੀਂ ਤੁਹਾਡੇ ਨਾਲ ਹੈ ਅਸੀਂ ਤਾਂ ਕਈ ਥਾਈਂ ਆਉਣਾ ਵੀ ਚਾਹੁੰਦੇ ਸੀ ਪਰ ਕਿਸਾਨ ਜਥੇਬੰਦੀਆਂ ਨੇ ਸਾਨੂੰ ਆਉਣ ਤੋਂ ਕਈਆਂ ਲੋਕਾਂ ਨੇ ਮਨਾ ਵੀ ਕੀਤਾ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਸਾਨੂੰ ਇਜਾਜ਼ਤ ਦਿਓ ਅਸੀਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਤੁਸੀਂ ਬੈਠੋ ਅਸੀਂ ਉੱਥੇ ਬੈਠੀਏ ਅੱਜ ਗਵਰਨਰ ਸਾਹਿਬ ਤੋਂ ਵੀ ਟਾਈਮ ਲਿਆ ਸਭ ਲੋਕ ਮਿਲ ਕੇ ਆਏ ਹੁਣ ਦਿੱਲੀ ਰਾਸ਼ਟਰਪਤੀ ਨੂੰ ਵੀ ਮਿਲਣਾ ਹੈ ਔਰ ਮੇਰੀ ਇਹ ਬੇਨਤੀ ਹੈ ਤੁਹਾਨੂੰ ਸਭ ਨੂੰ ਕਿ ਇਸ ਵਾਰੀ ਦੇ ਸ਼ਹਿਰੇ ਤੇ ਤਾਂ ਤੁਸੀਂ ਤੁਹਾਨੂੰ ਚਾਹੀਦਾ ਹੈ ਕਿ ਨਰਿੰਦਰ ਮੋਦੀ ਦਾ ਪੁਤਲਾ ਸਾਢੇ 1 ਸਾਢੋ ਨਰਿੰਦਰ ਮੋਦੀ ਦਾ ਰਾਮਨ ਦੇ ਨਾਲ ਨਰਿੰਦਰ ਮੋਦੀ ਦਾ ਵੀ ਮੈਨੂੰ ਲੱਗਦਾ ਬੁੱਤ ਬਣਾ ਕੇ ਉਹਨੂੰ ਸਾੜਨਾ ਚਾਹੀਦਾ ਠੁਕੀਏ ਬੜਾ ਜ਼ਰੂਰੀ ਹੈ ਸਾਥੋਂ ਵੀ ਕਹੀ ਰਹੀ ਨਰਿੰਦਰ ਮੋਦੀ ਜੀ ਥਾਲੀ ਖੜਕਵਾਉਂਦੇ ਸਨ ਔਰ ਇੱਕ ਕੱਪੜੇ ਦਾ ਨਰਿੰਦਰ ਮੋਦੀ ਬਣਾ ਕੇ ਮੇਰੀ ਬੇਨਤੀ ਹੈ ਤਾਂ ਜੋ ਉਸ ਬੰਦੇ ਨੂੰ ਸੁਨੇਹਾ ਜਾਵੇ ਕੱਪੜੇ ਦਾ ਨਰਿੰਦਰ ਮੋਦੀ ਬਣਾਓ ਨਰਿੰਦਰ ਮੋਦੀ ਦੀ ਹੋਰ ਇਹ ਤੇ ਫੋਟੋ ਲਾਓ ਤੇ ਹਰ ਵਿਅਕਤੀ ਹਰ ਕਿਸਾਨ ਦਾ ਪੁੱਤ ਉਸ ਨਰਿੰਦਰ ਮੋਦੀ ਦੀ ਫੋਟੋ ਨੂੰ ਉਸ ਪੁੱਤਲੇ ਨੂੰ ਚੁੱਲ੍ਹੇ ਵਿੱਚ ਜਲਾਉਣ ਦਾ ਕੰਮ ਕਰੇ। ਛੋਟਾ ਬਣਾ ਕੇ ਪੂਰੀ ਵੀਡੀਓ ਵੀ ਬਣਾਓ ਉਹਨੂੰ ਚੁੱਲ੍ਹੇ ਵਿੱਚ ਜਲਾਉਣ ਦਾ ਕੰਮ ਕਰੋ ਤਾਂ ਜੋ ਉਸ ਗੁੰਗੇ ਬਹਿਰੇ ਵਿਅਕਤੀ ਨੂੰ ਇਹ ਸੁਨੇਹਾ ਪਹੁੰਚੇ ਕਿ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀਆਂ ਉਹਨਾਂ ਮਾਵਾਂ ਨੇ ਪੰਜਾਬ ਦੇ ਉਹਨਾਂ ਪੰਜਾਬੀਆਂ ਨੇ ਜੋ ਤੁਹਾਡੇ ਫੈਸਲੇ ਦੇ ਖਿਲਾਫ ਫਤਵਾ ਦਿੱਤਾ ਸੋ ਇਹ ਕਾਰਵਾਈ ਹੋਣੀ ਚਾਹੀਦੀ ਹੈ ਇਹ ਕਰਨਾ ਚਾਹੀਦਾ ਕਿਉਂਕਿ ਹਿੱਟ ਦਾ ਜਵਾਬ ਪੱਥਰ ਚ ਪੰਜਾਬੀ ਕਿਉਂਕਿ ਸਾਡੇ ਗੁਰੂਆਂ ਨੇ ਸਿਖਾਇਆ ਨਾ ਜੁਰਮ ਕਰੋ ਤੇ ਨਾ ਜੁਰਮ ਸੌ ਸਾਨੂੰ ਇਹ ਲੜਾਈ ਲੜਨੀ ਚਾਹੀਦੀ ਤਾਂ ਜੋ ਹੁਕਮਰਾਨ ਦੇ ਕੋਲੇ ਇਹ ਸੁਨੇਹਾ ਪਹੁੰਚੇ ਕਿ ਤੁਸੀਂ ਕਿਸਾਨਾਂ ਦੀ ਮੌਤ ਦੇ ਵਾਰੰਟ ਜਾਰੀ ਕੀਤੇ ਸਨ ਤੇ ਅੱਜ ਪੰਜਾਬ ਦੇ ਚੁੱਲ੍ਹੇ ਵਿੱਚ ਹਰੇਕ ਚੁੱਲ੍ਹੇ ਵਿੱਚ ਤੁਹਾਡਾ ਭੋਗ ਪਾਇਆ ਜਾ ਰਿਹਾ ਹੈ ਵੈਸੇ ਮੈਨੂੰ ਗੱਲ ਸ਼ੋਭਾ ਨਹੀਂ ਦਿੰਦੀ ਲੇਕਿਨ ਜੈਸੇ ਕੋ ਤੈਸਾ ਜੈਸਾ ਵਿਅਕਤੀ ਕਰੇ ਉਹਨੂੰ ਉਸੇ ਤਰ੍ਹਾਂ ਦੇ ਹੀ ਭੋਗਣਾ ਪੈਂਦਾ ਹੈ ਸੋ ਧੰਨਵਾਦ ਸਾਥੀਓ ਤੁਹਾਡਾ ਬਹੁਤ ਬਹੁਤ ਸੋ ਮੈਂ ਧੰਨਵਾਦੀ ਹਾਂ ਦੁਬਾਰਾ ਫੇਰ ਪੰਜਾਬ ਸਰਕਾਰ ਦਾ ਕਿ ਜਿਨ੍ਹਾਂ ਨੇ ਮੇਰੀ ਗੱਲ ਤੇ ਪੈਰਾ ਦਿੱਤਾ 3 ਸਾਲ ਸਜ਼ਾ ਚਲੋ 5 ਸਾਲ ਨਹੀਂ ਤਾਂ 3 ਸਾਲ ਤੇ ਨਾਲ ਜੁਰਮਾਨਾ ਦਿੱਤਾ ਮੈਂ ਦੁਬਾਰਾ ਫੇਰ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਸਰਕਾਰ ਦਾ तमाम ਕੈਬਨਟ ਮੰਤਰੀ ਵਜ਼ੀਰਾਂ ਦਾ ਧੰਨਵਾਦੀਆਂ ਕਿ ਜਿਨ੍ਹਾਂ ਨੇ ਇਸ ਗੱਲ ਤੇ ਮੋਹਰ ਲਾਈ ਕਾਂਗਰਸ ਹਾਈ ਕਮਾਂਡ ਦਾ ਸੋਨੀਆ ਗਾਂਧੀ ਰਾਹੁਲ ਗਾਂਧੀ ਜੀ ਦਾ ਸਭ ਦਾ ਧੰਨਵਾਦੀ ਸੋ ਪੂਰਨ ਉਮੀਦ ਹੈ ਕਿ ਹਜੇ ਲੜਾਈ ਸ਼ੁਰੂ ਆਤਾ ਆਪਾਂ ਅੱਗੇ ਵੀ ਲੜਾਈ ਲੜਨੀ ਹੈ ਟਕੜੇ ਰਹੋ ਅੱਗੇ ਹੋ ਕੇ ਲੜਾਈ ਲੜਾਂਗੇ ਤੁਹਾਡੇ ਨਾਲ ਤਾਂ ਜੋ ਕਿਸੇ ਗੱਲ ਦਾ ਤੁਹਾਨੂੰ ਸ਼ੱਕ ਨਾ ਰਹੇ ਕਿਸੇ ਗੱਲ ਦਾ ਗਿਲਾ ਨਾ ਰਹੇ ਤੁਹਾਡੇ ਚੁਣੇ ਹੋਏ ਐਮਐਲਏ ਜਿੰਨਾਂ ਚਿਰ ਤੁਸੀਂ ਤਾਕਤ ਦਿੱਤੀ ਉਹਨਾਂ ਚਿਰ ਰਹਿ ਗਏ ਜਦੋਂ ਤੁਹਾਡੀ ਤਾਕਤ ਨਾ ਹੋਈ ਉਹਨਾਂ ਚਿਰ ਫਿਰ ਨਹੀਂ ਰਾਂਗੇ ਲੇਕਿਨ ਅੱਗੇ ਹੋ ਕੇ ਲੜਾਈ ਲੜਨੀ ਅੱਜ ਉਹਨਾਂ ਲੋਕਾਂ ਦੇ ਮੂੰਹ ਤੇ ਵੀ ਚਪੇੜ ਹੈ ਜਿਹੜੇ ਕਹਿੰਦੇ ਸੀ ਸਰਕਾਰ ਕੁਝ ਕਰਦੀ ਨਹੀਂ ਅੱਜ ਖੜੀ ਉੱਤਰੀ ਸਰਕਾਰ ਕਿਸਾਨਾਂ ਦੇ ਨਾਲ ਆਪ ਦੇ ਵਾਅਦੇ ਪੂਰੇ ਕੀਤੇ ਸੋ ਮੈਨੂੰ ਫਕਰ ਹੈ ਕਿ ਮੈਂ ਉਸ ਸਰਕਾਰ ਦਾ 파ਟ ਹੈ ਮੈਨੂੰ ਫਕਰ ਹੈ ਕਿ ਮੈਂ ਉਸ ਪਾਰਟੀ ਦੇ ਅੰਦਰ ਹੈ ਜਿਹੜੀ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਸੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਚੇਤੇ ਰਹੇ ਦੁਸ਼ਮਨ ਨੂੰ ਸੁਨੇਹਾ ਦੇਣ ਵਾਸਤੇ ਔਰ ਆ ਪੁਤਲਾ ਬਣਾ ਕੇ ਚੁੱਲ੍ਹੇ ਦੇ ਵਿੱਚ ਜਰੂਰ ਚਲਾਉਂਦਾ ਕੰਮ ਕਰਨਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਕਿਰਪਾ ਕਰੇ ਆਪਾਂ ਸਭ ਲੋਕ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ 'ਚ ਇਹ ਲੜਾਈ ਲੜੀਏ ਤੇ ਜਿੱਤ ਹਾਸਲ ਕਰੀਏ ਧੰਨਵਾਦ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਜਵਾਨ ਜੈ ਕਿਸਾਨ